ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਨਿਊਟ੍ਰੀਸ਼ਨਿਸਟ ਕਮਲਦੀਪ ਸਿੰਘ ਔਜਲਾ, ਇਰੂਡਾਈਟ ਨਿਊਟ੍ਰੀਸ਼ਨ ਤੋਂ। ਮੈਂ ਉਮੀਦ ਕਰਦਾ ਹਾਂ ਤੁਸੀਂ ਮੇਰੀ ਪਹਿਲੀ ਵੀਡੀਓ ਜ਼ਰੂਰ ਦੇਖੀ ਹੋਏਗੀ। ਅਗਰ ਨਹੀਂ ਦੇਖੀ ਤਾਂ ਇਸ ਟੌਪਿਕ ਨੂੰ ਅੱਗੇ ਵਧਾਉਣ ਲਈ, ਅੱਗੇ ਸਮਝਣ ਲਈ ਤੁਹਾਡਾ ਪਹਿਲੀ ਵੀਡੀਓ ਨੂੰ ਦੇਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਡਾਇਬਟੀਜ਼ ਬਾਰੇ ਡਿਸਕਸ਼ਨ ਕਰਦੇ ਹੋਏ ਕੋਈ ਵੀ ਡਿਟੇਲ ਮਿਸ ਕਰੀਏ, ਠੀਕ ਹੈ। ਸੋ ਅਗਰ ਤੁਸੀਂ ਨਹੀਂ ਦੇਖੀ, ਪਲੀਜ਼ ਪਹਿਲੀ ਵੀਡੀਓ ਜ਼ਰੂਰ ਦੇਖੋ। ਐਂਡ ਹੁਣ ਆਪਾਂ ਚੱਲਦੇ ਹਾਂ ਸੈਕਿੰਡ ਵੀਡੀਓ 'ਤੇ, ਲੇਕਿਨ ਇਸ ਤੋਂ ਪਹਿਲਾਂ ਮੈਂ ਇੱਕ ਛੋਟੀ ਜਿਹਾ ਡਿਸਕਲੇਮਰ, ਛੋਟੀ ਜਿਹੀ ਚੇਤਾਵਨੀ ਇੱਕ ਤੁਹਾਨੂੰ ਸਾਰਿਆਂ ਨੂੰ ਦੇਣੀ ਚਾਹੁੰਦਾ ਹਾਂ। ਦੇਖੋ, ਇੰਟਰਨੈਟ ਸਲਾਹਾਂ ਨਾਲ ਭਰਿਆ ਹੋਇਆ ਹੈ, ਜਿਹਦੇ ਵਿੱਚ ਚੰਗੀਆਂ ਸਲਾਹਾਂ ਵੀ ਨੇ ਅਤੇ ਮਾੜੀਆਂ ਸਲਾਹਾਂ ਵੀ ਨੇ, ਠੀਕ ਹੈ। ਬਿਨਾਂ ਕਿਸੇ ਖੁਦ ਦੀ ਸਟੱਡੀ ਤੋਂ ਕਿਸੇ ਹੋਰ ਵਿਅਕਤੀ ਦੀ ਕਹੀ ਹੋਈ ਕੋਈ ਵੀ ਗੱਲ ਨੂੰ ਪਲੀਜ਼ ਬਿਨਾਂ ਸੋਚੇ ਸਮਝੇ ਫੋਲੋ ਕਰਨਾ ਨਾ ਸ਼ੁਰੂ ਕਰਿਓ, ਚਾਹੇ ਉਹ ਗੱਲ ਮੈਂ ਹੀ ਕਿਉਂ ਨਹੀਂ ਕਹਿ ਰਿਹਾ, ਠੀਕ ਹੈ ਜੀ। ਮੈਂ ਫਿਰ ਕਹਿ ਦਵਾਂ ਇੱਕ ਵਾਰੀ, ਇੰਟਰਨੈਟ ਦੇ ਉੱਪਰ ਮਿਲਣ ਵਾਲੀ ਸਾਰੀਆਂ ਸਲਾਹਾਂ ਬਿਲਕੁਲ ਠੀਕ ਨਹੀਂ ਹੈਗੀਆਂ। ਅੱਛੀਆਂ ਸਲਾਹਾਂ ਦੇ ਵਿੱਚ ਬਹੁਤ ਸਾਰੀਆਂ ਸਲਾਹਾਂ ਐਸੀਆਂ ਵੀ ਨੇ ਜੋ ਤੁਹਾਡਾ ਨੁਕਸਾਨ ਕਰਾ ਸਕਦੀਆਂ ਐਂਡ ਤੁਹਾਡੀ ਸਿਹਤ ਇਸ ਟਾਈਮ ਲਾਈਨ 'ਤੇ। ਅਗਰ ਤੁਹਾਨੂੰ ਮੇਰੀ ਇਸ ਵੀਡੀਓ 'ਚੋਂ ਕੋਈ ਸਲਾਹ ਅੱਛੀ ਲੱਗਦੀ ਹੈ, ਤੁਸੀਂ ਮੇਰੇ ਨਾਲ ਕੰਸਲਟ ਕਰ ਸਕਦੇ ਹੋ ਆਪਣੀ ਬਿਮਾਰੀ ਨੂੰ ਲੈ ਕੇ। ਜਾਂ ਅਗਰ ਤੁਹਾਨੂੰ ਮੇਰੀ ਕੋਈ ਸੁਜੈਸ਼ਨ ਅੱਛਾ ਲੱਗਦਾ ਤਾਂ ਉਸ ਸੁਜੈਸ਼ਨ ਨੂੰ ਆਪਣੇ ਡਾਕਟਰ ਦੇ ਨਾਲ, ਜਾਂ ਅਗਰ ਤੁਸੀਂ ਕਿਸੇ ਡਾਇਟੀਸ਼ੀਅਨ ਜਾਂ ਨਿਊਟ੍ਰੀਸ਼ਨਿਸਟ ਕੋਲ ਜਾਂਦੇ ਹੋ, ਪਲੀਜ਼ ਉਹਦੇ ਨਾਲ ਡਿਸਕਸ ਜ਼ਰੂਰ ਕਰੋ, ਇਸ ਤੋਂ ਪਹਿਲਾਂ ਕਿ ਤੁਸੀਂ ਉਹ ਸਲਾਹ ਨੂੰ ਆਪਣੇ ਆਪ ਹੀ ਮੰਨਣਾ ਸ਼ੁਰੂ ਕਰ ਦਿਓ। ਹਾਂਜੀ, ਤਾਂ ਦੋਸਤੋ ਅੱਗੇ ਆਪਾਂ ਹੁਣ ਸ਼ੁਰੂ ਕਰਦੇ ਹਾਂ ਆਪਣਾ ਸੈਕਿੰਡ ਪਾਰਟ ਇਸ ਵੀਡੀਓ ਦਾ, ਜਿਹਦੇ ਵਿੱਚ ਆਪਾਂ ਮੈਕਰੋ ਨਿਊਟ੍ਰੀਐਂਟਸ ਬਾਰੇ ਸਮਝਾਂਗੇ। ਮੈਕਰੋ ਨਿਊਟ੍ਰੀਐਂਟਸ ਕਿਹੜੇ ਹੁੰਦੇ ਆ? ਸਾਡੇ ਖਾਣੇ ਦੇ ਉਹ ਮੈਜੋਰਿਟੀ ਵਾਲੇ ਹਿੱਸੇ ਜਿਨ੍ਹਾਂ ਦੇ ਵਿੱਚ ਸਾਡਾ ਦੇਖੋ ਖਾਣਾ ਡਿਵਾਈਡ ਕੀਤਾ ਗਿਆ, ਉਹ ਕਿਹੜੇ ਨੇ? ਨੰਬਰ 1 'ਤੇ ਕਾਰਬੋਹਾਈਡਰੇਟਸ, ਨੰਬਰ 2 'ਤੇ ਫੈਟਸ ਯਾਨੀ ਕਿ ਚਰਬੀ, ਨੰਬਰ 3 'ਤੇ ਪ੍ਰੋਟੀਨ ਅਤੇ ਨੰਬਰ 4 'ਤੇ ਫਾਈਬਰ, ਠੀਕ ਹੈ। ਸੋ ਆਪਾਂ ਇੱਕ ਇੱਕ ਕਰਕੇ ਸਾਰਿਆਂ ਬਾਰੇ ਜਾਣਕਾਰੀ ਲੈਂਦੇ ਹਾਂ। ਪਹਿਲੇ ਨੰਬਰ 'ਤੇ ਕਾਰਬੋਹਾਈਡਰੇਟਸ। ਕਾਰਬੋਹਾਈਡਰੇਟਸ ਜਿਹੜੇ ਆ ਉਹ ਸਾਡੀ ਬਲੱਡ ਸ਼ੂਗਰ ਦੇ ਨਾਲ ਉਹਨਾਂ ਦਾ ਸਿੱਧੇ ਤੌਰ ਦੇ ਉੱਤੇ ਰਿਸ਼ਤਾ ਆ, ਐਂਡ ਸਭ ਤੋਂ ਜ਼ਿਆਦਾ ਅਫੈਕਟ ਸਾਡੀ ਬਲੱਡ ਸ਼ੂਗਰ ਦੇ ਉੱਪਰ ਕਾਰਬੋਹਾਈਡਰੇਟਸ ਹੀ ਕਰਦੇ ਆ। ਹੁਣ ਕਾਰਬੋਹਾਈਡਰੇਟਸ ਕਿਹੜੀ ਕਿਹੜੀ ਚੀਜ਼ 'ਚ ਆ? ਸਾਡੇ ਲਗਭਗ ਸਾਰੇ ਅਨਾਜ ਦੇ ਵਿੱਚ ਕਾਰਬੋਹਾਈਡਰੇਟਸ ਆ, ਸਾਡੀਆਂ ਸਾਰੀਆਂ ਦਾਲਾਂ ਦੇ ਵਿੱਚ ਕਾਰਬੋਹਾਈਡਰੇਟਸ ਆ, ਬਹੁਤਾਤ ਕਰਕੇ ਸਾਡੀਆਂ ਸਬਜ਼ੀਆਂ ਉਹ ਵੀ ਕਾਰਬੋਹਾਈਡਰੇਟਸ ਆ, ਦੁੱਧ ਵਿੱਚ ਵੀ ਥੋੜ੍ਹੇ ਜਿਹੇ ਕਾਰਬੋਹਾਈਡਰੇਟਸ ਹੁੰਦੇ, ਈਵਨ ਕਿ ਡਰਾਈ ਫਰੂਟ ਦੇ ਵਿੱਚ ਵੀ 25-30% ਕਾਰਬੋਹਾਈਡਰੇਟ ਹੁੰਦੇ ਆ। ਸੋ ਇਹ ਸਾਰੀਆਂ ਚੀਜ਼ਾਂ ਹੀ ਸਾਡੇ ਬਲੱਡ ਸ਼ੂਗਰ ਦੇ ਨਾਲ ਸੰਬੰਧਿਤ ਆ, ਜਿਨ੍ਹਾਂ ਦੇ ਵਿੱਚ ਕਾਰਬੋਹਾਈਡਰੇਟ ਹੁੰਦੇ ਆ, ਠੀਕ ਹੈ ਜੀ। ਸੋ ਕਾਰਬੋਹਾਈਡਰੇਟਸ ਨੂੰ ਸਮਝਣਾ ਜ਼ਰੂਰੀ ਹੈ। ਕਾਰਬੋਹਾਈਡਰੇਟ 2 ਤਰ੍ਹਾਂ ਦੇ ਆ, ਇੱਕ ਸਿੰਪਲ ਕਾਰਬੋਹਾਈਡਰੇਟ ਅਤੇ ਇੱਕ ਕੰਪਲੈਕਸ ਕਾਰਬੋਹਾਈਡਰੇਟ। ਸਿੰਪਲ ਕਾਰਬੋਹਾਈਡਰੇਟ ਕਿਹੜੇ ਆ? ਜਿਹੜੇ ਕਾਰਬੋਹਾਈਡਰੇਟ ਜਦੋਂ ਅਸੀਂ ਖਾਂਦੇ ਹਾਂ ਉਹ ਬੜੀ ਆਸਾਨੀ ਨਾਲ ਸਾਡੀ ਬੋਡੀ ਦੇ ਵਿੱਚ ਪਚ ਜਾਂਦੇ ਆ ਅਤੇ ਉਹਨਾਂ ਦੀ ਊਰਜਾ ਅਤੇ ਐਨਰਜੀ ਬਣ ਕੇ ਫਟਾਫਟ ਗਲੂਕੋਜ਼ ਦੇ ਰੂਪ 'ਚ ਸਾਡੇ ਬਲੱਡ 'ਚ ਆ ਜਾਂਦੀ ਹੈ, ਠੀਕ ਹੈ। ਜਿਵੇਂ ਕਿ ਹੋ ਗਿਆ ਚੀਨੀ, ਗੁੜ, ਸ਼ਹਿਦ, ਸ਼ੱਕਰ, ਠੀਕ ਹੈ। ਇਸ ਤੋਂ ਇਲਾਵਾ ਹੋਰ ਸਿੰਪਲ ਕਾਰਬੋਹਾਈਡਰੇਟ ਕਿਹੜੇ ਆ ਜਿਹੜੇ ਬਹੁਤ ਜਲਦੀ ਪਚ ਜਾਂਦੇ ਸਾਡੇ ਸਰੀਰ 'ਚ ਜਾ ਕੇ? ਚਿੱਟੇ ਚਾਵਲ, ਕਣਕ ਅਤੇ ਮੱਕੀ ਜਾਂ ਮੱਕੀ ਦੀਆਂ ਬਣੀਆਂ ਹੋਈਆਂ ਹੋਰ ਚੀਜ਼ਾਂ। ਇਹਨਾਂ ਦਾ ਨੁਕਸਾਨ ਕੀ ਹੈ? ਦੇਖੋ, ਕਿਉਂਕਿ ਇਹ ਬਹੁਤ ਆਸਾਨੀ ਨਾਲ ਪਚ ਜਾਂਦੇ ਆ ਐਂਡ ਬਹੁਤ ਆਸਾਨੀ ਨਾਲ ਸ਼ੂਗਰ ਯਾਨੀ ਕਿ ਗਲੂਕੋਜ਼ 'ਚ ਕਨਵਰਟ ਹੋ ਕੇ ਸਾਡੇ ਬਲੱਡ 'ਚ ਆ ਜਾਂਦੇ ਆ, ਜਿਹੜੀ ਵੀ ਚੀਜ਼ ਇਹਨਾਂ ਦੀ ਬਣੀ ਹੋਈ ਆਪਾਂ ਖਾਵਾਂਗੇ ਉਹ ਇੱਕਦਮ ਸਾਡੀ ਸ਼ੂਗਰ ਨੂੰ ਉੱਪਰ ਚੱਕ ਦੇਗੀ, ਠੀਕ ਹੈ, ਕਿਉਂਕਿ ਇਹ ਆਸਾਨੀ ਨਾਲ ਪਚ ਜਾਂਦੇ। ਲੇਕਿਨ ਦੂਜੇ ਪਾਸੇ ਅਗਰ ਅਸੀਂ ਕੰਪਲੈਕਸ ਕਾਰਬੋਹਾਈਡਰੇਟ ਦੀ ਗੱਲ ਕਰੀਏ, ਕੰਪਲੈਕਸ ਕਾਰਬੋਹਾਈਡਰੇਟ ਹੁੰਦੇ ਆ ਸਾਡੀ ਸਬਜ਼ੀ ਦੇ ਵਿੱਚ, ਸਾਡੀਆਂ ਦਾਲਾਂ ਦੇ ਵਿੱਚ। ਇਹ ਕੀ ਕਰਦੇ ਆ? ਇਹਨਾਂ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੋਣ ਦੇ ਕਾਰਨ ਇਹ ਹੌਲੀ ਹੌਲੀ ਪਚਦੇ। ਹੌਲੀ ਪਚਣ ਦੇ ਨਾਲ ਕੀ ਹੋਏਗਾ? ਇੱਕਦਮ ਸ਼ੂਗਰ ਦਾ ਜਿਹੜਾ ਫਲੋ ਹੈ ਉਹ ਨਹੀਂ ਆਏਗਾ ਸਾਡੇ ਬਲੱਡ 'ਚ, ਸਾਡੇ ਬਲੱਡ 'ਚ ਹੌਲੀ ਹੌਲੀ ਸ਼ੂਗਰ ਰਿਲੀਜ਼ ਹੋਏਗੀ, ਜਿਹਦੇ ਨਾਲ ਸਾਡੀ ਬੋਡੀ ਨੂੰ ਸ਼ੌਕ ਨਹੀਂ ਲੱਗੇਗਾ, ਯਾਨੀ ਕਿ ਇੱਕਦਮ ਸ਼ੂਗਰ ਸਾਡੀ ਵਧੇਗੀ ਨਹੀਂ, ਬਲਕਿ ਹੌਲੀ ਹੌਲੀ ਵਧੇਗੀ, ਜਿਹਨੂੰ ਸਾਡੀ ਬੋਡੀ ਕੰਟਰੋਲ ਕਰ ਸਕਦੀ ਹੈ। ਇੰਨੀ ਕੁ ਐਨਰਜੀ ਤਾਂ ਅਸੀਂ ਆਮ ਤੌਰ 'ਤੇ ਤੁਰਦੇ ਫਿਰਦੇ ਯੂਜ਼ ਵੀ ਕਰ ਲੈਂਦੇ ਹਾਂ, ਠੀਕ ਹੈ ਜੀ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਵੀ ਅਸੀਂ ਅੱਗੇ ਤੋਂ ਸਿੰਪਲ ਕਾਰਬੋਹਾਈਡਰੇਟ ਨਹੀਂ ਵਰਤਣੇ, ਅਸੀਂ ਕੰਪਲੈਕਸ ਕਾਰਬੋਹਾਈਡਰੇਟ ਵਰਤ। ਨੰਬਰ 2 ਦੇ ਉੱਪਰ ਸਾਡਾ ਗਰੁੱਪ ਆ ਜਾਂਦਾ ਆ ਫੈਟਸ ਯਾਨੀ ਕਿ ਚਰਬੀ। ਦੋਸਤੋ, ਫੈਟ ਖਾਣਾ, ਤੇਲ ਘਿਓ ਖਾਣਾ, ਇਹ ਸਾਡੇ ਲਈ ਬਹੁਤ ਜ਼ਰੂਰੀ ਹੈ। ਲੇਕਿਨ ਹੁਣ ਇਹਦਾ ਇਹ ਮਤਲਬ ਨਹੀਂ ਹੈ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਕੜਛੀਆਂ ਭਰ ਭਰ ਕੇ ਤੇਲ ਦੀਆਂ ਜਾਂ ਘਿਓ ਦੀਆਂ ਖਾਣੀਆਂ ਸ਼ੁਰੂ ਕਰ ਦਿਓ, ਨਹੀਂ। ਇੱਕ ਸੀਮਿਤ ਮਾਤਰਾ 'ਚ ਆਪਣੇ ਕੰਮ, ਆਪਣੇ ਸਰੀਰ, ਆਪਣੀ ਬਿਮਾਰੀ ਅਤੇ ਆਪਣੀ ਉਮਰ ਦੇ ਹਿਸਾਬ ਨਾਲ
तेल घ्यो सानू खाना चाहिए आ, ठीक है। सो अगर तेल घ्यो वैसे तो साड़ी शुगर के उपर कोई असर ज़्यादा नहीं पाता, सब तो मिनिमम असर साड़ी शुगर का तेल ते घ्यो दे नाल संबंधित हैगा है। लेकिन इहदा इह मतलब नहीं भी हुण जे शुगर वधे तो जिन्ना मर्जी तेल के खाना शुरू कर दिए, बिल्कुल नहीं, ठीक है। असी ये अच्छिया चीज़ा ने लेकिन असी इन्हां नूं सीमित मात्रा दे विच ही खावांगे, ठीक है। हुण तेल घ्यो दे विच देखो अगर तुसी माड़ा तेल वरतना शुरू कर दो जिवें कि जिन्ने रिफाइंड तेल आ जिन्ने बनस्पति आ ते तुहाडे शरीर दा नुकसान तो होना ही होना है, चाहे थोड़ा खाओ चाहे ज़्यादा खाओ। लेकिन अगर असी वधिया तेल दे सोर्स वरतांगे जिवें सरों दा तेल हो गया या जिवें नारियल का तेल हो गया या देसी घ्यो भी हो गया, ये सारे साढ़े शरीर लिए फायदेमंद है। तीसरे नंबर पर दोस्तों साढ़े आ जाते प्रोटीनस। प्रोटीन एक ऐसी चीज़ आ जिहड़ी साड़ी बॉडी लिए जरूरी आ, लेकिन साडा समाज प्रोटीनस दे नाल इन्ना क ज़्यादा अबसैसड होया पिया, इन्ना क मगर पिया होया आ प्रोटीनस दे भी खरिया उन्होंने लगता है भी वध प्रोटीन खाण दे नाल बॉडी छेती बन जूगी, वध प्रोटीन खाण दे नाल तगड़े छेती हो जाएंगे। दोस्तों इदां दी गल नहीं है, अगर लिमिट तो ज़्यादा तुसी प्रोटीन खा लिया तो वह प्रोटीन तुहाडे मसल रिकवरी या तुहाडे मसल बिल्डिंग यूज़ होने की बजाय साडे शरीर ने उन्हों तोड़ के एनर्जी बनानी शुरू कर देनी है। जी हाँ, प्रोटीन जेडे आ ये भी साड़ी शुगर लैवल नूं बढ़ाउण दा कारण हो सकते हैं, ठीक है। अगर ज़्यादा मात्रा विच खाधे होणगे तां जायज मात्रा च खाओ, जिन्नी तुहाडे शरीर नूं लोड़ आ उन्ने उस हिसाब नाल खाओ ते ये तुहाडी शुगर नूं सगों थोड़ा स्टेबल रखणगे। पर अगर लोड़ तों वध खा लें इन्हें भी सिंपल कार्बोहाइड्रेट वांगू तुहाडी शुगर नूं बहुत हाई ले जाना जो कि साडे लई नुकसानदेह है ते असी बिल्कुल ये चीज़ नहीं चाहते। चौथे नंबर पर दोस्तों आ जाते हैं साडा फाइबर, ठीक है। फाइबर सब तो वधिया चीज़ आ साडे खाने दे विच, लेकिन जिवें जिवें असी प्रोसैसड खाना खा रहे हैं साडी फाइबर की मात्रा खाने चो घटती जा रही है, ठीक है। जिन्ना मर्जी किसी पैकेट के उत्ते लिखा होवे हाई फाइबर या एडिड फाइबर, दोस्तों जिहड़ी प्रोसैसड चीज़ आ उहदा फाइबर कदी भी तुहानूं बेनीफिट नहीं करेगा। फाइबर किहड़ा बेनीफिट करेगा जिहड़ा नैचुरली साडियां दालां दे विच आ, साबत दालां दे विच या दलियां होईयां दालां च। किहड़ा फाइबर बेनीफिट करेगा जिहड़ा फ्रूट दे विच आ। किहड़ा फाइबर बेनीफिट करेगा जिहड़ा साडियां सब्जियां दे विच आ, क्योंकि फाइबर की करदा, फाइबर साढ़े कार्बोहाइड्रेट के नाल जुड़िया रहा है तो फाइबर नूं तोड़न लई साढ़े शरीर नूं थोड़ा टाइम लगता है। एंड जिवें कि असीं पहले ही जान चुके हैं जिहड़ी चीज़ जिन्नी जल्दी पचेगी वह साड़ी शुगर नूं उन्ना जल्दी उपर चकेगी। फाइबर उस स्पीड नूं घटाउंदा है, ठीक है। पहले फाइबर हौली हौली टुटेगा फिर वह कार्बोहाइड्रेट जिहड़ा आ हौली हौली पचना शुरू होएगा, जिद भी साढ़े शरीर को काफ़ी टाइम मिल जाता तो जोड़ा शूगर का एकदम झटका लगता है वो साढ़े शरीर को नहीं लगता। अगर असी बिना फाइबर तो चीज़ कोई खाने वो साढ़े शूगर लैवल पर हमेशा ही माड़ा असर पाएगी, ठीक है जी। सो फाइबर का खाने के बहुत व्डा रोल, ठीक है। अगली वीडियो के असी कल्ले कल्ले फूड ग्रुप बारे गल करांगे जिवें अनाज किहड़ा लै सकते हैं किहड़ा नहीं लै सकते, दालां सब्जियां केड़ियां ले सकदे केड़ियां नहीं, ते फ्रूट, फ्रूट सब तो ज़्यादा ट्रिकी है, सब तो ज़्यादा विचित्र है। एंड बहुत ही सावधानी दे नाल सानू फ्रूट जिहड़ा आ उह चुनना पैना आ। ते फ्रूट बारे तो देखो गल करन लई सानू खुला टाइम चाहिए, ठीक है। सो एक लास्ट चीज़ मैं तुहानू होर दस देवां, जिहड़े भी किसी बंदे ने तुहानू इह कहा सी भी जे डायबिटीज़ है तो उहनू खंड ना दिओ, उस बंदे नू गुड़ दे दिओ या शक्कर दे दिओ, अगली बार जदों तुहानू मिलिया ना मुक्का मारियो एक उहदे मुंह ते, टोटली गलत सलाह आ, ठीक है। डायबिटिक पेशेंट लई जिन्नी माड़ी खंड है उन्ना ही माड़ा गुड़ शक्कर ते शहद, ठीक है। सो डायबिटीज़ बारे होर जानकारी लैण वास्ते जुड़े रहो। अगर तुहानू इह वीडियो पसंद आई तो मेरा पेज जरूर लाइक करियो, मेरा चैनल जरूर सबसक्राइब करियो ते इस वीडियो नूं अगे जरूर शेयर करियो। आपां मिलांगे अगली वीडियो च।